शानदार बकरियां दा मेला डरंग विखे बुधवार को बाई हरविंदर सिंह बाई बग्गा सिंह वल्लों लगाया जाता है। सारे दोस्त इत्थे पहुँच के मेले की रौनक बधाया करो। नरंग मंडी से पहुंचे हैं बाई बबली अर्गे नाल, बाई तारी अर्गे, बाई दा किना सी बाई कुलदीप अर्गे नाल है सारे इत्थे। बाई काला प्रधान बकरी मेला भागी बंदर लाउंदे आ सारे वीर बाई गुरदास अर्गे सारे इत्थे पहुंचे हैगे नरंग ते आपां बाई नाल गल करदे। सति श्री अकाल वीर। सति श्री अकाल भाई जी। प्रधान जी की तुहाडे तुसीं भी मेला लाउंदे हो, इहनां दा मेला लगदा गा किवें? अज फर्स्ट मेला सी इहनां दा इस जगह ते दिन चेंज कीता जी। पहला दिन जिवें दर्शक वीर देख रहे आ सारे, सति श्री अकाल बुलाउणा ते सति श्री अकाल भाई जी। बाकी अज साडे दोस्त मुंडा काका हरविंदर सिंह ने पिंड नरंग जो कि मेला स्टार्ट किया गा, असीं इत्थे इहनूं अज काका जी नूं वधाई देण पहुंचे आ। वधाई दे पात्र आ इहनां ने दिन बुधवार नूं नरंग पिंड दे विच मेला बकरियां दा मेला स्टार्ट किया गा। भाई इहनां नूं वधाई दिंदे आ असीं, वधिया परमात्मा उहनां नूं चढ़दी कला दे विच रखे। जिन्ने भी बकरी पालक ते परी वीर आ अज पहुंचे भी हैगे ना, ते असीं अपील करदे आ वी इत्थे हर बुधवार नूं भाई कोले बुधवार नूं मेले विच पहुंचा करो, नरंग पिंड पहुंचा करो। ਇਹ ਰਫੇਨੀ ਰੋਡ ਦੇ ਨਜ਼ਦੀਕੀ ਪੈ ਜਾਂਦਾ, ਉਹਨੇ ਠੇਕਾ ਢਾਬਾ ਸਾਰਾ ਵਧੀਆ ਜਗ੍ਹਾ ਦਾ ਚਾਹ ਪਾਣੀ ਦਾ ਵਧੀਆ ਪ੍ਰਬੰਧ ਸੀ। ਸਾਰੇ ਵੀਰ ਜਿਵੇਂ ਗੁਰਦਾਸ ਹੋ ਗਿਆ, ਬਬਲੀ ਵਰਗੇ, ਭਾਈ ਤਾਰੀ, ਪਰਮਜੀਤ ਵਰਗੇ, ਰਾਜੂ ਦਿੜਬਾ, ਭਾਈ ਬੱਗਾ, ਸਾਰੇ ਵੀਰ ਪਹੁੰਚੇ ਤੇ ਇੱਕ ਕਾਕਾ ਜੀ ਵਧਾਈ ਦੇ ਪਾਤਰ ਨੂੰ। ਅੱਜ ਦਾ ਮੇਲਾ ਕਿਵੇਂ ਰਿਹਾ ਬਾਈ? ਬਹੁਤ ਵਧੀਆ ਰਿਹਾ ਬਾਈ ਜੀ, ਵਧੀਆ। ਇਹਨਾਂ ਦੇ 12-15 ਲਗਭਗ ਸੌਦੇ ਵੀ ਹੋ ਚੁੱਕੇ ਨੇ। ਹਾਂਜੀ ਹਾਂਜੀ। ਪਹਿਲਾ ਦਿਨ ਸੀਗਾ ਸਟਾਰਟਿੰਗ ਸੀ। ਹਾਂਜੀ ਵੀ ਜਾਨਵਰ ਫੇਰ ਵੀ ਕਾਫੀ ਆ ਗਏ, ਵਧੀਆ ਜਾਨਵਰ ਆ ਗਏ, ਵਧੀਆ ਸੌਦੇ ਹੋ ਗਏ। ਤੁਹਾਡੀ ਮੰਡੀ ਬਾਰੇ ਵੀ ਦੱਸ ਦਿਓ ਥੋੜਾ ਜਿਹਾ। ਸਾਰਿਆਂ ਨੂੰ ਪਤਾ ਹੈ ਬਾਈ ਜੀ, ਐਤਵਾਰ ਨੂੰ ਪਿੰਡ ਭਾਗੀ ਬੰਦਰ ਆਪਾਂ ਮੇਲਾ ਲਾਉਂਦੇ ਆ। ਹਾਂਜੀ ਹਾਂਜੀ। ਤੇ ਮੈਂ ਵੀ ਆਪਦੇ ਤਰਫੋਂ ਅਪੀਲ ਕਰਦਾ ਵੀ ਐਤਵਾਰ ਨੂੰ ਪਿੰਡ ਭਾਗੀ ਬੰਦਰ ਦੇ ਵਿੱਚ ਪਹੁੰਚਿਆ ਕਰੋ ਤੇ ਮੇਰੇ ਦੀ ਰੌਣਕ ਵਧਾਏ। ਸ਼ੁਕਰੀਆ ਬਾਈ ਜੀ। ਬਬਲੀ ਬਾਈ ਕਿਵੇਂ ਆ ਤੁਸੀਂ ਪਹੁੰਚੇ ਅੱਜ ਇੱਥੇ ਤੇ ਮੇਲੇ ਦੀ ਰੌਣਕ ਵਧਾਈ ਹੈ ਸਾਰੇ ਭਰਾਵਾਂ ਨੇ, ਬਾਈ ਬੱਗੇ ਅਰਗੇ ਅਗੇ, ਬਾਈ ਹਰਵਿੰਦਰ ਸਾਥ ਦਿੱਤਾ ਤੁਸੀਂ ਤੇ ਕਿਹੜੀ ਗੱਲ ਬਾਈ ਚੈਨਲ ਵਾਲਿਆਂ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ, ਸੌਦੇ ਵਧੀਆ ਹੋ ਗਏ ਸਾਡੇ। 5-4 ਬੱਕੀਆਂ ਵੇਚੀਆਂ ਸੀ ਸਾਡੀਆਂ, ਹੋਰ ਵੀ ਵੇਚੀਆਂ ਬੱਕੀਆਂ, 5 ਸਾਡੀਆਂ ਵੇਚੀਆਂ ਗੁਰਦਾਨੇ ਵਾਲੇ ਮੁੰਡੇ ਨੇ ਲੈ ਲਈਆਂ। ਠੀਕ ਹੈ, ਕਜੀਰ ਵਾਲੇ ਨੇ। ਹਾਂਜੀ ਹਾਂਜੀ ਹਾਂਜੀ। ਹਾਂ ਉਹ ਲੈ ਕੇ ਗਿਆ, ਵਧੀਆ ਸੌਦੇ ਹੋ ਗਏ। ਵਧੀਆ ਵਧੀਆ ਮਿਲਿਆ। ਹਾਂ ਵਧੀਆ ਮਿਲਿਆ, ਪਰ ਨਾ ਲੱਗ ਜੂਗਾ ਜੀ, ਇਹ ਤਾਂ ਸਮਾਂ ਤਾਂ ਲੱਗਦਾ। ਹਾਂ ਸਮਾਂ ਤਾਂ ਲੱਗੂਗਾ, ਜੇ ਆਪਾਂ ਕਹੀਏ ਇੱਕੇ ਦਿਨ ਕੋਈ ਮੇਰਾ ਕੰਮ ਸਕਸੈਸ ਹੋ ਜਾਏ ਸਫਲ ਹੋ ਜਾਏ, ਸਮਾਂ ਤਾਂ ਨਹੀਂ ਹੁੰਦਾ ਜੀ। ਸ਼ੁਕਰੀਆ ਬਾਈ ਜੀ, ਬਹੁਤ ਧੰਨਵਾਦ। ਸੋ ਬਾਈ ਬਬਲੀ ਨੇ ਵੀ ਦੱਸਿਆ ਕਿ ਸਮਾਂ ਲੱਗਦਾ ਹਰੇਕ ਗੱਲ ਨੂੰ, ਪਰ ਇਹ ਗੱਲ ਹੈ ਸਾਡੇ ਨੌਜਵਾਨ ਆ ਜੀ ਨਾਲ, ਜੋ ਨੌਜਵਾਨ ਇਸ ਪਾਸੇ ਵੱਲ ਵਧ ਰਿਹਾ ਇੱਕ ਵਧੀਆ ਕਦਮ। ਕੀ ਨਾਮ ਹੈ ਜੀ? ਬਲਜੀਤ ਸਿੰਘ ਆ ਜੀ। ਬਲਜੀਤ ਤੁਸੀਂ ਵੀ ਕਰਦੇ ਹੋ ਬੱਕਰੀਆਂ ਦਾ ਕੰਮ? ਹਾਂਜੀ। ਕਿੰਨੀਆਂ ਕੁ ਬੱਕਰੀਆਂ ਤੁਹਾਡੇ ਕੋਲ? ਬੱਕਰੀਆਂ ਹੈਗੀਆਂ ਜੀ 20 ਭਾਈ ਸਾਡੇ ਕੋਲ। 20 ਭਾਈ ਬੱਕਰੀਆਂ ਹੈਗੀਆਂ ਇਹ ਪਹਿਲਾਂ ਤਾਂ ਇਹ ਦੱਸ। ਵੈਰੀ ਗੁੱਡ। ਖਾਸ ਕਰ ਤੁਹਾਨੂੰ ਦੱਸਦੇ ਵੀ ਕਾਫੀ ਸਾਰੇ ਜਿਹੜੇ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਨੇ ਜਾਂ ਸਾਰੇ ਲੋਕ ਆ ਮੀਡੀਅਮ ਵਰਗ ਆਪਾਂ ਸਾਰੇ, ਉਹ ਸਾਰੇ ਬੱਕਰੀ ਪਾਲਣ ਦਾ ਧੰਦਾ ਕਰ ਰਹੇ ਆ, ਬੱਕਰੀਆਂ ਬੀਟਲ ਬਰਬਰੀਆਂ ਜਾਂ ਕਾਟੂ ਮਾਲ ਸਾਰਾ। ਤੇ ਉਹਦੇ ਨਾਲ ਨਾਲ ਬਾਈ ਨੇ ਜਿਹੜੀ ਗੱਲ ਕੀਤੀ ਆ ਭੇਡਾਂ ਦੀ, ਭੇਡਾਂ ਦੇ ਵਿੱਚ ਇਸ ਟਾਈਮ ਵੀ ਬਹੁਤ ਜ਼ਿਆਦਾ ਮੁਨਾਫਾ ਹੈ, ਪਰ ਸਾਡੇ ਮੀਡੀਅਮ ਲੋਕ ਜਾਂ ਜ਼ਿਮੀਂਦਾਰ ਭਾਈਚਾਰਾ ਉਹ ਹਜੇ ਵੀ ਸੋਚ ਰਿਹਾ ਵੀ ਯਾਰ ਬੱਕਰੀਆਂ ਤਾਂ ਬਾਈ ਪ੍ਰਧਾਨ ਜੀ ਰੱਖ ਲਈਆਂ, ਤੇ ਵੀ ਯਾਰ ਭੇਡਾਂ ਕਿਵੇਂ ਰੱਖੀਆਂ? ਥੋੜ੍ਹਾ ਜਿਹਾ ਮਹਿਸੂਸ ਕਰਦੇ ਆ, ਦੱਸ ਦਿਓ ਭੇਡਾਂ ਦਾ ਜ਼ਰੂਰ ਦੱਸੋ। ਭੇਡਾਂ ਦਾ ਆਪਾਂ ਨੂੰ ਸ਼ੌਂਕ ਆ ਜੀ 5-4 ਦਾ। ਕਮਾਈ ਵਧ ਗਿਆ ਇਹਦੇ ਵਿੱਚ? ਵਧੀਆ ਵਧੀਆ ਕਮਾਈ ਦਾ ਆਪਾਂ ਨੂੰ ਸ਼ੌਂਕ ਆ ਵੀ ਜਿਵੇਂ ਹੁਣ ਛੱਤਰੀ ਵਹੀ ਬਹੂ ਨਾਲ ਤੁਰਦੀ ਆ ਜੀ, ਉਹਨੂੰ ਭੇਡ ਤੁਰਦੀ ਆਪਾਂ ਨੂੰ ਸੋਹਣੀ ਲੱਗਦੀ, ਸੋਹਣੀ ਲੱਗਦੀ ਭੇਡ ਤੁਰਦੀ। ਹਾਂਜੀ ਹਾਂਜੀ, ਆਹ ਚੱਕਰ ਆ ਜੀ, ਆਪਾਂ ਤਾਂ ਰੱਖੀ ਹੋਈ ਕਮਾਈ ਦੇ ਵਧੀਆ ਵਧੀਆ। ਆਪਾਂ ਨੇ ਕਮਾਈ ਤੇ ਕਰਨੀ ਉਹਨਾਂ ਦਾ, ਆਪਾਂ ਉਹਨਾਂ ਇਸ਼ਕ ਦੇਖਣਾ, ਇਸ਼ਕ ਵੀ ਕੀ ਕਹਿੰਦੀ ਆ, ਇਹ ਮੁਹੱਬਤ ਹੈ ਜੀ ਬਾਈ ਵਰਗਿਆਂ ਦੀ। ਹਾਂਜੀ ਹਾਂਜੀ। ਤੇ ਮੇਲਾ ਬਾਈ ਵਧਾਈ ਦੇ ਦੇਣ ਵਧੀਆ ਮੇਲਾ। ਵਧੀਆ ਵਧੀਆ ਕਰ, ਧੰਨਵਾਦ। ਵਧੀਆ ਇਹਨਾਂ ਦਾ ਬਾਈਆਂ ਦਾ, ਮਾਲਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਪ੍ਰਮਾਤਮਾ। ਤੁਹਾਡਾ ਕਿੰਨਾ ਸਹਿਯੋਗ ਹੈ ਬਾਈ? ਵਧੀਆ, ਸਾਡਾ ਪੂਰੀ ਸਹਿਯੋਗ ਹੈ। ਠੀਕ ਹੈ, ਸ਼ੁਕਰੀਆ। ਸੋ ਬਹੁਤ ਵਧੀਆ ਮੇਲਾ, ਇਹਦੇ ਵਿੱਚ ਬੁੱਧਵਾਰ ਨੂੰ ਸ਼ਿਰਕਤ ਕਰਿਆ ਕਰੋ ਨਰੰਗ ਪਿੰਡ, ਤੇ ਅਗਲੀ ਵਾਰੀ ਫੇਰ ਇਸ ਮੇਲੇ ਤੇ ਆਪਾਂ ਤੁਹਾਡੇ ਰੂਬਰੂ ਹੋਵਾਂਗੇ। ਬਾਈ ਬੱਗੇ ਨੂੰ ਕਹੂੰਗਾ ਥੋੜੀ ਜਿਹੀ ਗੱਲਬਾਤ ਕਰ ਲਈਏ। ਬਾਈ ਆਜੋ, ਆ ਜਾਓ ਜੀ। ਬਾਈ ਬੱਗਾ ਨਰੰਗੀ ਬੱਕਰੀ ਮੇਲਾ ਇਹ ਲਾਉਂਦੇ ਨੇ ਇੱਥੇ ਤਰਖਾਣ ਵਾਲਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਜੀ ਬਾਈ, ਮੇਲਾ ਲੱਗਿਆ ਪਹਿਲੇ ਦਿਨ? ਹਾਂ ਜੀ ਪਹਿਲੇ ਦਿਨ ਆ ਜੀ, ਵਧੀਆ ਮੇਲਾ ਭਰਦਾ ਜੀ। ਮੈਂ ਸੁਣਿਆ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਤੁਹਾਡੇ ਨਜ਼ਦੀਕ ਹੀ ਮੇਲਾ? ਹਾਂ ਜੀ ਹਾਂ, ਨੇੜੇ ਹੀ ਆਪਣਾ, 2 ਕਿਲੋਮੀਟਰ ਹੀ ਦੂਰ ਆ ਜੀ। ਫਿਰ ਤੁਹਾਡੀ ਫਿਰ ਕਿੰਨੀ ਸਪੋਰਟ ਹੋ ਗਈ? ਪੂਰੀ ਸਪੋਰਟ ਹੋ ਗਈ ਜੀ, ਪੂਰੀ ਸਪੋਰਟ। ਹਾਂ ਜੀ, ਆਪਾਂ ਬੰਨਿਆਂ ਨੂੰ ਆ ਕੇ ਦਿਨ ਚੇਂਜ ਕਰਾਇਆ। ਹਾਂ ਜੀ, ਪਹਿਲਾਂ ਮੇਲੇ 'ਚ ਮੇਲਾ ਦਾ ਦਿਨ ਸੀਗਾ ਜੀ, ਮੇਰੇ ਇਕੱਠੇ ਆ ਗਏ। ਹਾਂ ਜੀ, ਭਾਗੀ ਬਾਂਦਰ ਨਾਲ ਤੈ ਸੀਗਾ ਮੇਲੇ ਦਾ। ਹਾਂ ਜੀ ਹਾਂ ਜੀ ਹਾਂ ਜੀ, ਇਹਨਾਂ ਨੂੰ ਆ ਕੇ ਬੰਨਿਆਂ ਨੂੰ ਵਧੀਆ ਸੰਯੋਗ ਦੇਵਾਂਗੇ ਆਪਾਂ, ਵੱਧ ਤੋਂ ਵੱਧ ਸੰਯੋਗ ਦੇਵਾਂਗੇ। ਅੱਜ ਦਾ ਮੇਲਾ ਵਧੀਆ ਰਿਹਾ? ਵਧੀਆ ਰਿਹਾ ਜੀ, ਵਧੀਆ ਵਧਾਈ ਦੇ ਪਾਤਰ ਆ ਬਾਈ। ਠੀਕ ਹੈ, ਬਾਕੀ ਪੂਰਾ ਪੂਰਾ ਜੱਜ ਕੇ ਸੰਯੋਗ ਦੇਵਾਂਗੇ ਸਮੇਂ ਸਮੇਂ ਦੇ ਨਾਲ। ਹਾਂ ਜੀ ਹਾਂ ਜੀ, ਆਸੇ ਪਾਸੇ ਪਿੰਡਾਂ ਨੂੰ ਬਾਈ ਵਧੀਆ ਸਾਰਾ ਫਾਇਦਾ, ਫਾਇਦਾ ਹੀ ਫਾਇਦਾ ਜੀ। ਠੀਕ ਹੈ, ਸਾਰੇ ਪਿੰਡਾਂ ਨੂੰ ਲੇਵੇ ਲੇਵੇ ਸਾਰਾ, ਅੱਜ ਕੱਲ੍ਹ ਦੇ ਮੁੰਡੇ ਚਿੱਟੇ ਮੁੰਡਾ ਨਸ਼ਿਆਂ ਨੂੰ ਪਈ ਜਾਂਦੇ, ਇਹ ਚੀਜ਼ 'ਚ ਵੱਧ ਤੋਂ ਵੱਧ ਫਾਇਦਾ ਜੀ। ਠੀਕ ਹੈ,
ਸ਼ੁਕਰੀਆ ਬਾਈ ਜੀ ਬਹੁਤ ਵਧੀਆ ਸੋ ਇਹ ਸੀ ਬੱਕਰੀ ਮੇਲਾ ਨਰੰਗ ਤੇ ਅਗਲੀ ਵਾਰੀ ਫਿਰ ਇੱਥੇ ਆਪਾਂ ਪਹੁੰਚ ਕੇ ਇਹ ਰੂ ਰੂ ਕਰਾਵਾਂਗੇ ਕਿਸ ਤਰ੍ਹਾਂ ਸੌਦੇ ਹੁੰਦੇ ਆ ਸੋ ਸਾਰਿਆਂ ਨੂੰ ਇੱਥੇ ਸ਼ਿਰਕਤ ਜ਼ਰੂਰ ਕਰਨੀ ਚਾਹੀਦੀ ਹੈ ਹਾਂ ਤੁਹਾਡੀ ਮੰਡੀ ਬਾਰੇ ਜ਼ਰੂਰ ਦੱਸੋ ਮੰਗਲਵਾਰ ਦੀ ਮੰਡੀ ਹੁੰਦੀ ਹੈ ਜੀ ਆਪਣੀ ਹਾਂਜੀ ਰਫੈਂਡਰੀ ਰੋਡ ਤੇ ਵੱਡੇ ਰੋਡ ਤੇ ਹਾਂ ਉੱਥੇ ਦੀ ਕੋਲੇ ਆਲੂ ਸਟੋਰ ਆ ਜੀ ਦਿਨ ਦੱਸ ਦਿਓ ਮੰਗਲਵਾਰ ਜੀ ਮੰਗਲਵਾਰ ਨੂੰ ਆਲੂ ਸਟੋਰ ਪਰਖਾਣਾ ਦਾ ਪਿੰਡ ਹਾਂਜੀ ਆਲੂ ਸਟੋਰ ਕੋਲੇ ਜ਼ਰੂਰ ਪਹੁੰਚ ਕਰਿਆ ਕਰੋ ਸ਼ੁਕਰੀਆ ਬਾਈ ਤਾਰੀ ਅਰਗੇ ਖੜੇ ਨੇ ਬਾਈ ਦੇਖ ਲਿਆ ਸੀ ਬਿਕਲਦੀਪ ਬਾਈ ਕੁਲਦੀਪ ਅਰਗੇ ਬਾਈ ਸਾਰੇ ਤਲਵੰਡੀ ਸਾਹਿਬੋ ਤੇ ਬਬਲੀ ਚੱਕਰ ਵਾਲਾ ਉਹ ਸਾਰਾ ਗਰੁੱਪ ਹੈ ਇਹਨਾਂ ਦਾ ਬਹੁਤ ਸੋਹਣੀਆਂ ਬੱਕਰੀਆਂ ਲੈ ਕੇ ਆਏ ਹੋਏਗੇ ਅਗਲੀ ਵਾਰੀ ਫਿਰ ਇਸ ਮੇਲੇ ਤੇ ਤੁਹਾਨੂੰ ਸਾਰੀ ਰੌਣਕ ਦਿਖਾਵਾਂਗੇ ਇਹ ਖਬਰਾਂ ਜ਼ਰੂਰ ਦੇਖਦੇ ਰਹਿ ਕਰੋ ਤਾਂ ਕਿ ਬਰੀਕੀ 'ਚ ਆਪਣੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਇਹ ਕਾਰੋਬਾਰ ਹੈ ਕਿਸ ਤਰੀਕੇ ਨਾਲ ਚੱਲਦਾ ਹੈ ਥੋੜ੍ਹੇ ਜਿਹੇ ਪੈਸੇ ਨਾਲ ਇਹ ਕਾਰੋਬਾਰ ਹੈ ਜਿਹੜਾ ਅੱਗੇ ਵੱਧ ਜਾਂਦਾ ਸਾਰੇ ਕਾਰੋਬਾਰਾਂ ਤੋਂ ਵੱਧ ਸੌਖੇ ਤਰੀਕੇ ਨਾਲ ਚੱਲਦਾ ਬਾਕੀ ਸਾਰੇ ਕਾਰੋਬਾਰਾਂ 'ਤੇ ਇਨਵੈਸਟਮੈਂਟ ਜਿਹੜਾ ਪੈਸਾ ਬਹੁਤ ਜ਼ਿਆਦਾ ਲੱਗਦਾ ਅਤੇ ਇਸ ਮੇਲੇ 'ਤੇ ਤੁਸੀਂ ਨਰੰਗ ਬੁੱਧਵਾਰ ਨੂੰ ਜ਼ਰੂਰ ਪਹੁੰਚ ਕਰਿਆ ਕਰੋ